ਜਿੱਥੇ ਇੱਕ ਹਫ਼ਤੇ 'ਚ ਦੂਸਰੀ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਦੂਸਰੀ ਵਾਰਦਾਤ ਵਾਪਰੀ ਹੈ। ਦੋ ਸਕੇ ਭਰਾਵਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਨੇ, ਮੋਟਰਸਾਈਕਲ ਸਵਾਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। 3 ਵਿਅਕਤੀਆਂ ਦੇ ਵੱਲੋਂ ਗੋਲੀਆਂ ਦਾਗੀਆਂ ਗਈਆਂ ਨੇ। ਕਿਰਨਜੀਤ ਸਿੰਘ ਅਤੇ ਜਗਦੀਪ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ। ਕਿਰਨਜੀਤ ਸਿੰਘ ਕਾਂਗਰਸੀ ਆਗੂ ਹੈ ਅਤੇ ਅਕਾਲੀ ਆਗੂ ਹੈ ਜਗਦੀਪ ਸਿੰਘ, ਜਿਨ੍ਹਾਂ ਦੇ ਘਰਾਂ ਦੇ ਬਾਹਰ ਫਾਇਰਿੰਗ ਦੀ ਵਾਰਦਾਤ ਵਾਪਰੀ ਹੈ। ਬਠਿੰਡਾ 'ਚ ਹਫ਼ਤੇ 'ਚ ਦੂਸਰਾ ਗੋਲੀ ਕਾਂਡ ਸਾਹਮਣੇ ਆਇਆ ਹੈ। ਇੱਕ ਹਫ਼ਤੇ 'ਚ ਬਠਿੰਡਾ 'ਚ ਦੂਸਰਾ ਗੋਲੀਕਾਂਡ ਵਾਪਰਿਆ। ਰਾਜਨੀਤੀ ਵਿੱਚ ਸਰਗਰਮ ਦੋ ਸਕੇ ਭਰਾਵਾਂ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ। ਮੋਟਰਸਾਈਕਲ ਸਵਾਰ 3 ਵਿਅਕਤੀਆਂ ਨੇ ਗੋਲੀਆਂ ਦਾਗੀਆਂ ਨੇ। ਕਿਰਨਜੀਤ ਸਿੰਘ ਅਤੇ ਜਗਦੀਪ ਸਿੰਘ ਦੇ ਘਰ ਦੇ ਬਾਹਰ ਗੋਲੀਆਂ ਦਾਗੀਆਂ ਗਈਆਂ ਨੇ। ਕਿਰਨਜੀਤ ਸਿੰਘ ਕਾਂਗਰਸ ਦੇ ਅਕਾਲੀ ਆਗੂ ਹੈ ਜਗਦੀਪ ਸਿੰਘ। ਸਹਿਯੋਗੀ ਕੁਲਬੀਰ ਬੀਰਾ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਰੁੱਕ ਕਰਦੇ ਹਾਂ। ਕੁਲਬੀਰ, ਪੂਰਾ ਮਾਮਲਾ ਜਾਣਨਾ ਚਾਹਾਂਗੇ, ਪੁਲਿਸ ਦੇ ਹੱਥ ਪਹੁੰਚੇ ਕਿਸੇ ਦਾ, ਕਿ ਲੋਕ ਕੌਣ ਸੀ, ਕਿਉਂ ਉਹਨਾਂ ਨੇ ਫਾਇਰਿੰਗ ਕੀਤੀ ਹੈ, ਕੋਈ ਹਤਾਹਤ ਤਾਂ ਨਹੀਂ ਹੋਇਆ? ਨਹੀਂ, ਇਹ ਬਠਿੰਡਾ ਦੀ ਖਬਰ ਹੈ। ਬਠਿੰਡਾ ਦੇ ਵਿੱਚ ਜਿਹੜੇ ਨੇ ਕਿਰਨਜੀਤ ਗੈਰੀ ਤੇ ਜਗਦੀਪ ਗੈਰੀ ਦੋਨੇ ਭਰਾ ਨੇ, ਔਰ ਇੱਕ ਕਾਂਗਰਸ ਦੇ ਵਿੱਚ ਹੈ ਔਰ ਇੱਕ ਅਕਾਲੀ ਦਲ ਦੇ ਵਿੱਚ ਹੈ, ਔਰ ਇਹ ਅਕਾਲੀ ਦਲ ਦੇ ਦੋਨਾਂ ਦੇ ਘਰ ਵੀ ਬਿਲਕੁਲ ਇੱਕ ਦੂਸਰੇ ਦੇ ਨਾਲ ਨੇ। ਤਾਂ ਰਾਤ ਨੂੰ ਕੁਛ ਲੋਕ ਆਏ ਨੇ ਜੋ ਅਣਪਛਾਤੇ ਸੀਗੇ, ਤਾਂ ਮੋਟਰਸਾਈਕਲ ਦੇ ਉੱਪਰ ਆ ਕੇ ਉਹਨਾਂ ਨੇ ਇਹਨਾਂ ਦੇ ਦਰਵਾਜ਼ੇ ਦੇ ਅੱਗੇ ਫਾਇਰਿੰਗ ਕੀਤੀ ਆ, ਔਰ ਗੋਲੀਆਂ ਜਿਹੜੀਆਂ ਦਰਵਾਜ਼ੇ ਦੇ ਆਰ ਪਾਰ ਹੋਈਆਂ ਨੇ। ਤਾਂ ਉਸ ਦੇ ਵਿੱਚ ਕਿਸੇ ਦੀ ਜਾਨ ਮਾਲ ਤਾਂ ਨਹੀਂ, ਬਿਲਕੁਲ ਕੁਛ ਨਹੀਂ ਹੋਇਆ ਗਾ, ਲੇਕਿਨ ਫਿਰ ਵੀ ਜਿਹੜਾ ਇੱਕ ਸਹਿਮ ਤੇ ਇੱਕ ਡਰ, ਕੌਣ ਲੋਕ ਸੀਗੇ ਇਹ ਅਣਜਾਣ ਲੋਕ ਕੌਣ ਸੀਗੇ ਵੀ ਜਿਹੜੇ ਆ ਕੇ ਇਸ ਦੇ ਉੱਪਰ ਫਾਇਰਿੰਗ ਕਰਕੇ ਗਏ ਨੇ, ਕਿਉਂਕਿ ਜਗਦੀਪ ਗੈਰੀ ਜਿਹੜਾ ਅਕਾਲੀ ਦਲ ਨਾਲ ਸੰਬੰਧਿਤ ਆ, ਅਕਾਲੀ ਆਗੂ ਆ ਔਰ ਦਲਿਤ ਆਗੂ ਆ, ਇਹ ਲੰਮੇ ਸਮੇਂ ਤੋਂ ਜਿਹੜੇ ਨੇ ਰਾਜਨੀਤੀ ਦੇ ਵਿੱਚ ਨੇ ਦੋਨੇ ਭਰਾ ਹੀ, ਔਰ ਦੋਨਾਂ ਦੇ ਦੋਨੇ ਹੀ ਜਿਹੜੇ ਨੇ ਕਾਫੀ ਪਾਪੂਲਰ ਨੇ ਇਸ ਏਰੀਏ ਦੇ ਵਿੱਚ। ਤਾਂ ਕਿਤੇ ਨਾ ਕਿਤੇ ਗੋਲੀਆਂ ਚਲਾਉਣ ਦਾ ਕਾਰਨ ਜਿਹੜਾ ਉਹ ਹਜੇ ਤੱਕ ਸਾਹਮਣੇ ਨਹੀਂ ਆਇਆ ਗਾ, ਕਿਉਂ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ, ਇਹ ਗੋਲੀਆਂ ਚਲਾਉਣ ਵਾਲੇ ਕੌਣ ਲੋਕ ਸੀਗੇ। ਲੇਕਿਨ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਿਹੜੀ ਆ ਉਹ ਸਰਚ ਕਰ ਰਹੀ ਆ, ਉਹ ਪੁੱਛਗਿੱਛ ਕਰ ਰਹੀ ਆ, ਔਰ ਜਿਹੜੀ ਸੀਸੀਟੀਵੀ ਫੁਟੇਜ ਹੈ ਉਸ ਨੂੰ ਕੰਗਾਲ ਰਹੀ ਆ ਕਿ ਇਹ ਆਖਰ ਕੌਣ ਲੋਕ ਸੀਗੇ। ਮੋਟਰਸਾਈਕਲ ਦੇ ਨੰਬਰ ਨੂੰ ਜਿਹੜਾ ਸਰਚ ਕੀਤਾ ਜਾ ਰਿਹਾ, ਵਾਚ ਕੀਤਾ ਜਾ ਰਿਹਾ। ਤਾਂ ਇਹ ਪੁਲਿਸ ਕਹਿੰਦੀ ਹੈ ਕਿ ਕੁਛ ਦਿਨਾਂ ਦੇ ਵਿੱਚ ਅਸੀਂ ਜਿਹੜਾ ਜਲਦ ਪਤਾ ਲਾ ਲਾਂਗੇ ਕਿ ਇਹ ਕੌਣ ਲੋਕ ਨੇ, ਕਿਉਂਕਿ ਉਸ ਏਰੀਏ ਦੇ ਹੋਰ ਸੀਸੀਟੀਵੀ ਕੈਮਰੇ ਜਿਹੜੇ ਉਹਨਾਂ ਨੂੰ ਵੀ ਕੰਗਾਲਿਆ ਜਾ ਰਿਹਾ ਹੈ। ਜੀ ਜੀ, ਕਿੰਨੇ ਵਜੇ ਗੋਲੀਬਾਰੀ ਹੈ ਜਿਹੜੀ ਕੀਤੀ ਗਈ ਹੈ? ਜਦੋਂ ਗੋਲੀਆਂ ਚਲਾਈਆਂ ਗਈਆਂ ਤਦ ਘਰ ਦੇ ਵਿੱਚ ਕੌਣ ਕੌਣ ਮੌਜੂਦ ਸੀ, ਕੀ ਆਸ ਪਾਸ ਕੋਈ ਨਹੀਂ ਸੀ? ਤੇ ਦੂਸਰਾ, ਸੀਸੀਟੀਵੀ ਦੇ ਜ਼ਰੀਏ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਪੁਲਿਸ ਮੋਟਰਸਾਈਕਲ ਦੀ ਨੰਬਰ ਪਲੇਟ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕੀ ਪੁਲਿਸ ਨੂੰ ਕੋਈ ਜਾਣਕਾਰੀ ਮਿਲੀ ਹੈ? ਔਰ ਇੱਕ ਸਵਾਲ ਹੋਰ ਕਿ ਕੀ ਇਹ ਲੋਕ ਕਿੱਧਰ ਨੂੰ ਗਏ ਗੋਲੀਆਂ ਚਲਾ ਕੇ, ਕੋਈ ਜਾਣਕਾਰੀ? ਦੇਖੋ, ਜਿਸ ਟਾਈਮ ਇਹ ਗੋਲੀਆਂ ਚੱਲੀਆਂ ਰਾਤ ਨੂੰ ਤਕਰੀਬਨ 11:30-12 ਵਜੇ ਦਾ ਟਾਈਮ ਜਿਹੜਾ ਦੱਸਿਆ ਜਾ ਰਿਹਾ ਹੈ, ਤਾਂ ਉਸ ਟਾਈਮ ਘਰ ਦੇ ਵਿੱਚ ਇਹ ਸੀਗੇ, ਲੇਕਿਨ ਉਸ ਟਾਈਮ ਇਹ ਕਹਿੰਦੇ ਅਸੀਂ ਸੁੱਤੇ ਹੋਏ ਸੀਗੇ, ਲੇਕਿਨ ਉਸ ਤੋਂ ਬਾਅਦ ਅਸੀਂ ਜਿਹੜਾ ਪੁਲਿਸ ਨੂੰ ਦੱਸ ਦਿੱਤਾ, ਤਾਂ ਪੁਲਿਸ ਨੇ ਜਿਹੜਾ ਉਸ ਏਰੀਏ ਦੇ ਜਿੰਨੇ ਵੀ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਜਿਹੜਾ ਕੰਗਾਲ ਰਹੀ ਹੈ, ਵਾਚ ਰਹੀ ਹੈ। ਲੇਕਿਨ ਪੁਲਿਸ ਕਹਿੰਦੀ ਹੈ ਕਿ ਹਜੇ ਤੱਕ ਉਹਨਾਂ ਦਾ ਪਤਾ ਨਹੀਂ ਲੱਗਿਆ ਗਾ ਕਿ ਇਹ ਕੌਣ ਲੋਕ ਨੇ, ਲੇਕਿਨ ਅਸੀਂ ਜਲਦ ਹੀ ਇਸ ਦਾ ਜਿਹੜਾ ਪਤਾ ਲਾ ਲਾਂਗੇ। ਇਹ ਵੀ ਜਿਹੜਾ ਜ਼ਰੂਰੀ ਹੈ ਕਿ ਆਖਰ ਇਹਨਾਂ ਦੇ ਪਿੱਛੇ ਜਿਹੜਾ ਲੱਗਣ ਦਾ ਕਾਰਨ ਕੀ ਹੈ, ਕੋਈ
ਪਰਿਵਾਰਕ ਮੈਂਬਰ ਵੱਲੋਂ ਕਿਸੇ ਨੂੰ ਕੁਛ ਕਹਿਣਾ, ਉਹ ਕਹਿੰਦੀ ਅਸੀਂ ਹਜੇ ਤੱਕ ਮਤਲਬ ਸਾਡੀ ਕਿਸੇ ਨਾਲ ਕੋਈ ਲੜਾਈ ਜਾਂ ਕੋਈ ਕਿਸੇ ਕਿਸਮ ਦਾ ਕੋਈ ਇਸ ਤਰ੍ਹਾਂ ਦਾ ਝਗੜਾ ਵੀ ਨਹੀਂ ਸੀਗਾ ਵੀ ਜਿਹੜਾ ਕੋਈ ਸਾਡੇ ਪਿੱਛੇ ਬੰਦਾ ਲੱਗਿਆ ਹੋਵੇ ਜਾਂ ਕੋਈ ਸਾਡੇ ਤੋਂ ਗੁੱਸੇ ਗਲੇ ਹੋਵੇ। ਲੇਕਿਨ ਇਹ ਕੌਣ ਲੋਕ ਸੀਗੇ, ਨੌਜਵਾਨ ਜਿਹੜੇ ਨੇ? ਜਿਸ ਤਰ੍ਹਾਂ ਪਰਿਵਾਰਕ ਮੈਂਬਰ ਤਾਂ ਕਹਿ ਰਹੇ ਨੇ ਕਿ ਕੋਈ ਝਗੜਾ ਨਹੀਂ ਹੈ, ਪਰ ਜਿੱਥੋਂ ਤੱਕ ਮੈਨੂੰ ਕੁਛ ਯਾਦ ਆ ਰਿਹਾ ਕਿ ਸ਼ਾਇਦ ਕੁਛ ਸਮਾਂ ਪਹਿਲਾਂ ਕਿਰਨਜੀਤ ਸਿੰਘ ਗੈਰੀ ਤੇ ਪੈਸਿਆਂ ਦੇ ਲੈਣ ਦੇਣ ਦੇ ਇਲਜ਼ਾਮ ਜ਼ਰੂਰ ਲੱਗੇ ਸੀ। ਇਹ ਦੋ ਭਰਾਵਾਂ ਦੀ ਆਪਸ ਵਿੱਚ ਵੀ ਇਹਨਾਂ ਦੀ ਅਣਬਣ ਹੈਗੀ ਆ, ਲੇਕਿਨ ਇੱਕ ਅਕਾਲੀ ਦਲ ਔਰ ਇੱਕ ਕਾਂਗਰਸ ਦੇ ਵਿੱਚ ਕੁਛ ਦਿਨ ਪਹਿਲਾਂ ਵੀ ਜਿਹੜਾ ਇੱਕ ਫਾਇਰਿੰਗ ਜਿਹੜੀ ਆ ਉਹ ਕੀਤੀ ਗਈ ਸੀਗੀ, ਦੂਸਰੀ ਵਾਰ ਜਿਹੜਾ ਹੋਇਆ। ਲੇਕਿਨ ਕੀ ਗੱਲਬਾਤ ਹੈ ਉਹ ਤਾਂ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਤਾਂ ਉਹਨਾਂ ਨੂੰ ਪਤਾ ਹੋਵੇਗਾ, ਲੇਕਿਨ ਕਿਉਂਕਿ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਰੂਰ ਜਿਹੜਾ ਇੰਨਾ ਦੱਸਿਆ ਕਿ ਸਾਡਾ ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਸੀਗੀ। ਲੇਕਿਨ ਕੌਣ ਲੋਕ ਨੇ ਇਹਨੂੰ ਜਲਦ ਜਿਹੜਾ ਪੁਲਿਸ ਨੂੰ ਕਰਨਾ ਚਾਹੀਦਾ, ਕਿਉਂਕਿ ਅਸੀਂ ਜਿਹੜੇ ਨੇ ਮੈਂ ਅਕਾਲੀ ਦਲ ਨਾਲ ਸੰਬੰਧਿਤ ਹਾਂ ਤਾਂ ਮੇਰੇ ਤੇ ਜਿਹੜਾ ਇਹ ਹਮਲਾ ਕੀਤਾ ਗਿਆ, ਜਲਦ ਉਹਨਾਂ ਲੋਕਾਂ ਦਾ ਜਿਹੜਾ ਪਤਾ ਲਾਉਣਾ ਚਾਹੀਦਾ। ਕੁਲਬੀਰ, ਇੱਕ ਚੀਜ਼ ਹੋਰ ਬਹੁਤ ਹੈਰਾਨ ਕਰ ਰਹੀ ਹੈ ਕਿ ਜਿਸ ਇਲਾਕੇ ਦੇ ਵਿੱਚ ਕਿਰਨਜੀਤ ਸਿੰਘ ਗੈਰੀ ਰਹਿੰਦੇ ਨੇ ਉਸਦੀ ਸ਼ੁਰੂਆਤ ਜੇਕਰ ਰਾਈਟ ਹੈਂਡ ਤੋਂ ਕਰੀਏ ਤਾਂ ਬਰਨਾਲਾ ਰੋਡ ਆ ਜਾਂਦਾ, ਉੱਥੇ ਵੀ ਪੁਲਿਸ ਤੈਨਾਤ ਹੁੰਦੀ ਹੈ। ਬੈਕ ਸਾਈਡ ਤੋਂ ਜਾਣ ਤਾਂ ਰੋਜ਼ ਗਾਰਡਨ ਨਿਕਲ ਕੇ ਬਠਿੰਡਾ ਗੋਨਿਆਣਾ ਰੋਡ ਆ ਜਾਂਦਾ। ਕੀ ਇੰਨੇ ਏਰੀਆ ਦੇ ਵਿੱਚ ਪੁਲਿਸ ਨੂੰ ਪਤਾ ਨਹੀਂ ਲੱਗਿਆ ਕਿ ਇਹ ਲੋਕ ਕਿੱਧਰ ਭੱਜ ਗਏ? ਬਿਲਕੁਲ, ਦੇਖੋ ਜਿਹੜਾ ਉਸ ਏਰੀਏ ਦੇ ਵਿੱਚ PCR ਵੀ ਕੰਮ ਕਰ ਰਹੀ ਹੈ, ਨੈਸ਼ਨਲ ਹਾਈਵੇ ਆ, ਬਾਈਪਾਸ ਹੈ ਇਹ, ਬਿਲਕੁਲ ਇਹਨਾਂ ਦੇ ਘਰ ਦੇ ਨਜ਼ਦੀਕ ਦੀ ਲੰਘਦਾ ਜਿਹੜਾ। ਲੇਕਿਨ ਕਿਤੇ ਨਾ ਕਿਤੇ ਇਹ ਚੀਜ਼ ਵੀ ਜਿਹੜੀ ਦੇਖਣੀ ਹੋਵੇਗੀ, ਕਿਉਂਕਿ ਕੱਲ੍ਹ ਜਿਹੜਾ ਖਾਸ ਕਰਕੇ ਦੁਨੇਵਾਲ ਜਿਹੜਾ ਕਾਂਡ ਹੋਇਆ ਸੀਗਾ ਤਾਂ ਦੁਨੇਵਾਲ ਕਾਂਡ ਨੂੰ ਲੈ ਕੇ ਪੁਲਿਸ ਫੋਰਸ ਜਿਹੜੀ ਆ ਉਹ ਸਾਰੀ ਦੀ ਸਾਰੀ ਜਿਹੜੀ ਆ ਉਸ ਏਰੀਏ ਦੇ ਵਿੱਚ ਲੱਗੀ ਹੋਈ ਸੀਗੀ। ਇਹ ਲੋਕ ਕੌਣ ਨੇ ਰਾਤ ਨੂੰ ਜਦੋਂ ਕਰਕੇ ਗਏ ਨੇ ਤਾਂ ਪੁਲਿਸ ਨੇ, ਹੋ ਸਕਦਾ ਕਿ ਪੁਲਿਸ ਨਾ ਸ਼ਹਿਰ ਦੇ ਵਿੱਚ ਹੋਣ ਕਰਕੇ ਇਹ ਲੋਕਾਂ ਨੇ ਇਸ ਚੀਜ਼ ਦਾ ਜਿਹੜਾ ਮਤਲਬ ਹਮਲਾਵਰਾਂ ਨੂੰ ਜਿਹੜਾ ਪਤਾ ਹੋਵੇ ਇਸ ਏਰੀਏ ਦੇ ਵਿੱਚ ਵੀ ਅੱਜ ਫੋਰਸ ਨਹੀਂ ਹੈ ਜਾਂ ਪੁਲਿਸ ਨਹੀਂ ਹੈ ਤਾਂ ਕੋਈ ਜਿਸ ਕਾਰਨ ਕਰਕੇ ਫਾਇਰਿੰਗ ਕਰਕੇ ਗਏ ਨੇ। ਠੀਕ ਹੈ ਕੁਲਬੀਰ ਜੀ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ। ਰਾਤ ਦੀ ਘਟਨਾ ਜੀ, ਰਾਤੀ ਕੁਛ ਅਣਸਤੇ ਵਿਅਕਤੀ ਜਿਨ੍ਹਾਂ ਦੇ ਕੋਲ ਅਸਲਾ ਸੀ ਉਹ ਮੇਰੇ ਘਰ ਦੇ ਕੋਲ ਆਏ ਅਤੇ ਉਹਦੇ ਘਰ ਦੇ ਕੋਲ ਇੱਕ ਵਾਰ ਲੰਘੇ ਅੱਗੇ ਆਉਂਦੇ ਹੋਏ ਉਹਨਾਂ ਨੇ ਨਾਲ ਦੀ ਨਾਲ ਪਿਸਟਲ ਕੱਢ ਕੇ ਮਤਲਬ ਫਾਇਰ ਕੀਤੇ ਆ, ਘੱਟੋ ਘੱਟ 3-4 ਫਾਇਰ ਕੀਤੇ ਆ। ਦਰਵਾਜ਼ੇ ਦੇ ਵਿੱਚ ਦੀ ਫਾਇਰ ਨਿਕਲਿਆ, ਅੰਦਰ ਵੱਜਾ ਦਰਵਾਜ਼ੇ ਦੇ ਵਿੱਚੋਂ, ਬੱਚਾ ਉੱਥੇ ਪਿਆ ਸੀਗਾ। ਅਣਹੋਣੀ ਘਟਨਾ ਹੁਣ ਵਾਪਰ ਗਈ। ਮੈਨੂੰ ਨਹੀਂ ਪਤਾ ਇਹ ਕਿਸ ਦੀ ਸਾਜ਼ਿਸ਼ ਆ, ਕਿਹਦੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਛ ਹੋ ਰਿਹਾ, ਕਿਉਂਕਿ ਅਸੀਂ ਪੋਲੀਟੀਕਲ ਤੌਰ 'ਤੇ 32-33 ਸਾਲ ਤੋਂ ਗਰੀਬ ਲੋਕਾਂ ਦੀ ਸੇਵਾ ਕਰ ਰਹੇ ਹਾਂ, ਸਾਨੂੰ ਸਮਝ ਨਹੀਂ ਆ ਰਹੀ ਕਿਸ ਦੀ ਸਿਆਸਤ ਹੈ।